ਅੱਜ ਮੈਂ ਨਾ ਵੈਨ ਤੋਂ ਲਿਆਉਣ ਤੋਂ ਲੇਟ ਹੋ ਗਿਆ ਤੇ ਬੱਚੇ ਆ ਗਏ। ਸਤਿ ਸ੍ਰੀ ਅਕਾਲ ਬੇਟਾ, ਸਤਿ ਸ੍ਰੀ ਅਕਾਲ, ਠੀਕ ਹੋ? ਸਤਿ ਸ੍ਰੀ ਅਕਾਲ ਜੀ ਅਰਮਨ। ਅਰਮਨ ਬੇਟਾ ਜਾਗੋ, ਉੱਠੋ, ਵਾਹਿਗੁਰੂ ਭਲੀ ਕਰੇ ਜੀ, ਸੱਚੇ ਪਾਤਸ਼ਾਹ ਖੁਸ਼ੀਆਂ ਭਰਾ ਦਿਨ ਚੜ੍ਹਾਵੇ। ਤੇ ਲਓ ਜੀ, ਮੇਰੇ ਪੁੱਤ ਜਾ ਕੇ ਹਰਮਨ ਸਿੰਘ ਅਤੇ ਨਵਦੀਪ ਕੌਰ। ਚਲੋ ਬੇਟਾ, ਹੁਣ ਚਲੋ ਬਾਹਰ ਤਿਆਰੀ ਕਰੋ ਸਕੂਲ ਚੱਲਣ ਦੀ। ਬੱਚਿਆਂ ਦੇ ਕੱਪੜੇ ਪ੍ਰੈਸ ਹੋ ਗਏ ਜੀ, ਸਕੂਲ ਭੇਜਣਾ ਹੁਣ। ਬਾਕੀ ਚੱਲੀ ਜਾਂਦਾ ਹੌਲੀ ਹੌਲੀ ਕਰਕੇ, ਤੁਹਾਨੂੰ ਸਾਰੇ ਦਿਨ ਪਤਾ ਖਾਵਾਂਗੇ ਅਸੀਂ ਕੀ ਕੁਛ ਕਰਦੇ ਹਾਂ, ਕਿਵੇਂ ਰਹਿਣੇ ਜਾਂਦੇ ਹਾਂ। ਮੰਮੀ ਜੀ, ਅੱਜ ਕੀ ਬਣਾਇਆ ਤੁਸੀਂ? ਗਾਜਰ, ਆਲੂ। ਵਾਓ, ਫੇਵਰਿਟ ਨਾ ਮੇਰੇ ਤਾਂ ਨਹੀਂ ਹੈਗੀ। ਹੋ ਗਿਆ, ਤੁਸੀਂ ਤਿਆਰ ਹੋ ਜਾਓ। ਚਲੋ ਮੈਂ ਆਈ ਆਈ ਚਲੋ 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 ਠੀਕ ਹੈ। ਹਾਂ, ਕਿੰਨਾ ਕੁ ਟਾਈਮ ਲੱਗਣਾ? ਬਸ 5 ਮਿੰਟ ਹੋਈ ਨਹੀਂ ਲੱਗਣੇ। ਬਹੁਤ ਜਲਦੀ ਕਰੋ ਜਲਦੀ, ਟਾਈਮ ਹੋ ਗਿਆ ਸਕੂਲ ਦਾ। ਪੇਪਰ ਨਵਦੀਪ ਕਿੰਨੇ ਤਰੀਕ ਤੋਂ ਸਟਾਰਟ ਨੇ? ਹੁਣ ਤਾਂ ਉਹਨਾਂ ਚੱਲੀ ਜਾਂਦੇ ਨੇ ਅੱਜ ਇੰਗਲਿਸ਼ ਦਾ, ਇਹਦੇ 5 ਮਾਰਚ ਨੂੰ ਸਟਾਰਟ ਹੈ ਸਾਡੇ ਰਿਟਰਨ। ਚਲੋ ਵੀ ਕਰੋ ਕਰੋ, ਪੈਕ ਕਰੋ ਜਲਦੀ, ਰੋਟੀ ਟਾਈਮ ਹੋ ਗਿਆ, ਚੱਲੀਏ ਫਿਰ ਆਪਾਂ। ਬਣ ਗਈ ਰੋਟੀ? ਕਰੋ ਕਰੋ ਛੇਤੀ ਕਰੋ, ਕੀ ਲੱਭਦਾ ਪਿਆ? ਲੱਭੋ ਜਲਦੀ ਕਰੋ। ਆ ਜਾ ਕੇ 15 ਮਿੰਟ ਪਹਿਲੇ ਆਏਗੀ ਵੈਨ ਅੱਜ, ਠੀਕ ਹੈ? ਉਸ ਹਿਸਾਬ ਸੇ ਜਲਦੀ ਹੋ ਜਾਓ ਤਿਆਰ। ਮੈਂ ਤਾਂ ਪੰਜਾਬੀ ਵੀ ਬੋਲਾਂਗਾ ਬੇਟਾ, ਹਿੰਦੀ ਵੀ ਬੋਲਾਂਗਾ, ਜਿਹੜਾ ਮੈਨੂੰ ਆ ਗਿਆ ਮੈਂ ਦੋਵੇਂ ਮਿਕਸ ਹੀ ਬੋਲਣੀ ਹੈ, ਠੀਕ ਹੈ? ਪੰਜਾਬੀ ਹਿੰਦੀ ਦੋਨੋਂ ਚੱਲੇਗੀ। ਸਤਿ ਸ੍ਰੀ ਅਕਾਲ ਮੰਮੀ ਜੀ। ਸਤਿ ਸ੍ਰੀ ਅਕਾਲ ਬੇਟਾ, ਸਤਿ ਸ੍ਰੀ ਅਕਾਲ। ਬੱਚਿਆਂ ਦੇ ਸਕੂਲ ਜਾਣ ਦੀ ਤਿਆਰੀ ਹੋ ਚੁੱਕੀ ਹੈ ਤੇ ਮਾਤਾ ਥੋੜੇ ਬਿਮਾਰ ਨੇ ਤਾਂ ਕਰਕੇ ਦਿੱਕਤ ਹੋ ਰਹੀ ਹੈ ਉਹਨਾਂ ਨੂੰ। ਐਤਕੀ ਸਰਦੀਆਂ ਨੇ ਬੜਾ ਤੰਗ ਕਰਿਆ ਬਜ਼ੁਰਗਾਂ ਨੂੰ, ਜਿਹਦੇ ਹੱਡ ਗੋਡੇ ਦਰਦ ਹੁੰਦੇ ਸੀ ਉਹਨਾਂ ਨੂੰ ਵੀ ਬਿਠਾ ਤਾ ਮੰਜੇ 'ਤੇ। ਅਤੇ ਵੈਸੇ ਠੰਡ ਨੇ ਐਤਕੀ ਇਸ ਵਾਰ ਤਸੱਲੀਆਂ ਕਰਾਤੀਆਂ ਜਾਵਾਂ। ਚਲੋ ਕੋਈ ਨਹੀਂ, ਵਾਹਿਗੁਰੂ ਮਿਹਰ ਕਰੇ, ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਸਭ ਨੂੰ ਜੀ। ਚਲੋ ਬੇਟਾ ਹੁਣ ਬੈਠੋ, ਆਪਣਾ ਟਾਈਮ ਹੋ ਗਿਆ ਚੱਲਣ ਦਾ। ਚਲੋ ਚਲੋ ਬੇਟਾ, ਕਰ ਦਿਓ ਬਾਏ 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 ਬਾਏ। ਹੈਲੋ, ਹਾਂਜੀ, ਕਿਆ ਬਣ ਰਿਹਾ ਹੈ? ਚਾਏ ਜਿਹੜੇ ਆਰਡਰ ਲਾ ਰਹੇ ਰੋਜ਼ ਰੋਜ਼। ਆਰਡਰ ਮੈਨੇ ਕੌਨ ਸਾ ਆਰਡਰ ਲਗਾ ਦਿਆ? ਦੂਸਰੀ ਵਾਰ ਕੀ ਚਾਏ ਹੈ, ਕੌਨ ਸਾ ਜ਼ਿਆਦਾ ਬੋਲ ਦਿਆ ਆਪਕੋ? ਓਹੋ, ਦੂਸਰੀ ਵਾਰ ਸਾਹਬ ਤੇ ਤਾਂ ਮੰਡੀ ਚਾ, ਠੀਕ ਹੈ? ਮੈਨੂੰ ਹਿੰਦੀ ਨਹੀਂ ਆਉਂਦੀ ਨਾ। ਹਿੰਦੀ ਤਾਂ ਮੇਰੇ ਕੋਲ ਵੀ ਨਹੀਂ ਆਉਂਦੀ, ਮੇਰੇ ਨੂੰ ਕਈ ਮੂੰਹ ਵੀ ਨਾ ਅੜਕ ਜਾਏ ਹਿੰਦੀ। ਚੱਲ ਹੌਲੀ ਹੌਲੀ ਸਿੱਖ ਜਾਣੀ, ਕੁਛ ਨਹੀਂ ਹੁੰਦਾ। ਇਤਨਾ ਇਤਨਾ ਮਾਫ ਕਰ ਦੇ, ਇੰਨਾ ਕੁ ਤਾਂ ਹੋ ਜਾਏਗਾ ਚੱਲ ਜਾਏਗਾ। ਤੇ ਇਲਾਚੀ ਪਾ ਦੇ। ਹਾਂ ਇਲਾਚੀ ਪਾ ਦੇ। ਅੱਛਾ ਚੱਲ ਠੀਕ ਹੈ। ਆ ਚੱਲ ਕਰ ਗੱਲ, ਦੱਸ ਕੀ ਕਹਿਣ ਲੱਗੀ ਸੀ? ਮੈਂ ਕਹਿਣ ਲੱਗੀ ਸੀ ਵੀ ਇਲਾਚੀ ਕੱਲ ਲੈਣ ਗਈ ਸੀ ਤਾਂ ਕਿਤਨੀ ਮਹਿੰਗੀਆਂ ਸੀ ਨਾ। ਹਾਂ ਕੱਲ ਇਲਾਚੀ ਲੈਣ ਚਲੇ ਗਏ ਦੁਕਾਨ ਤੇ, ਦੁਕਾਨ ਨੂੰ ਮੈਂ ਕਿਹਾ ਮਾਂ 50 ਰੁਪਏ ਦੀ ਇਲਾਚੀ ਦੇ ਦਿਓ, ਤੇ ਉਹਨੇ 50 ਰੁਪਏ ਤੁਹਾਨੂੰ ਥੋੜੀ ਆਣੀਆਂ ਸੀ ਇਲਾਚੀਆਂ, ਉਹਨੇ ਜੇ ਲਿਫਾਫੇ ਥੋੜੀ ਪਾ ਕੇ ਦਿੱਤੇ, ਕਹਿੰਦੀ ਲੈ ਬਸ ਇੰਨੀਆਂ ਹੀ। ਉਹ ਸੇਠ ਕਹਿੰਦਾ ਇੰਨੀ ਆਣਗੀਆਂ? ਮੈਂ ਸੇਠ ਜੀ ਮਾਂ ਪੱਲੀ ਲਿਆਣਿਆ ਤੇ ਫਿਰ ਪਾ ਕੇ ਦਿਓ ਮਾਂ ਤੁਸੀਂ। ਉਹ ਮਾਂ ਤੂੰ ਰਹਿੰਦੀ ਕਿਹੜੇ ਜ਼ਮਾਨੇ 'ਚ ਹੈ, ਉਹ ਬਹੁਤ ਮਹਿੰਗਾਈ ਹੋ ਚੁੱਕੀ ਹੈ ਹੁਣ। ਚਲੋ
ਇਹਦੀ ਹਿੰਦੀ ਨਾ ਇੰਨੀ ਵਧੀਆ ਸੀ ਪਹਿਲਾਂ ਕਿਉਂਕਿ ਰੋਤਕ ਦੀ ਹੈ, ਇਹਦੀ ਹਿੰਦੀ ਬਹੁਤ ਜ਼ਿਆਦਾ ਵਧੀਆ ਸੀ, ਬਹੁਤ ਜ਼ਿਆਦਾ, ਤੇ ਇਹਦਾ ਇਹੋ ਜਿਹਾ ਸਪੀਕਰ ਪਾਟਿਆ ਮੁੜ ਕੇ ਹਿੰਦੀ ਨਹੀਂ ਆਈ ਇਹਨੂੰ। ਹਾਂ ਸੱਚ, ਇੱਕ ਹੋਰ ਗੱਲ, ਇਹ ਕਲਾਕਾਰ ਵੀ ਸੀ, ਗਾਣੇ ਆ ਗਏ ਹਿੰਦੀ ਚ ਗਾਇਆ ਕਰਦੇ ਸੀ ਪੂਰੇ, ਪਰ ਸਪੀਕਰ ਖਰਾਬ ਹੋ ਗਿਆ ਬਾਅਦ ਚ। ਆਹੋ ਮੇਰੀ ਵਜ੍ਹਾ ਤੋਂ ਨਾ ਹੋਇਆ ਕਿਤੇ। ਹਾਂਜੀ, ਜਦੋਂ ਵੀ ਆਓ ਸਿੰਕ ਭਰਿਆ ਦਾ ਕਰਾਈ, ਠੀਕ ਹੈ ਨਾ, ਮਹਿੰਦਾ ਤਾਂ ਖੁਸ਼ ਨਹੀਂ ਹੈ, ਹੋਰ ਸਾਰੇ ਕੰਮ ਹੋ ਕੇ ਜਾਣੇ, ਇੱਕ ਇਸ ਚੀਜ਼ 'ਚ ਪੜ੍ਹਨੇ ਨਹੀਂ ਦਿੱਤੇ, ਜ਼ਿੰਦਗੀ ਵੀ ਖਤਮ ਹੋ ਜਾਣੀ ਹੈ, ਕਿਤੇ ਪੜ੍ਹ ਕੇ। ਲਓ ਜੀ ਆਪਾਂ ਪੁੱਛਦੇ ਹਾਂ ਵੀ ਭਾਂਡੇ ਮਾਂਜਦੇ ਹੋਏ ਕਿੱਦਾਂ ਦਾ ਲੱਗਦਾ। ਹਾਂਜੀ ਮਨਪ੍ਰੀਤ ਜੀ ਬੋਲੋ, ਤੁਹਾਨੂੰ ਕਿੱਦਾਂ ਦਾ ਲੱਗ ਰਿਹਾ? ਬੋਲੋ, ਮਾਂਜੋ ਗਏ ਭਾਂਡੇ ਮਾਂਜਣ ਵਾਸਤੇ? ਆਹੋ ਪਾਉਣੀ ਚਾਹੀਦੀ ਹੈ, ਠੀਕ ਹੈ ਨਾ, ਮੈਂ ਤਾਂ ਨਹੀਂ ਪੁੱਛੀ ਨਾ, ਬੋਲ ਮਾਈਕ ਹੈ, ਬੋਲ ਮਾਈਕ ਨਾ ਨਹੀਂ, ਕਿੱਦਾਂ ਦਾ ਲੱਗ ਰਿਹਾ ਭਾਂਡੇ ਮਾਂਜਦੇ ਹੋਏ? ਮੈਨੂੰ ਤਾਂ ਮਾਂਜਿਆ ਹੀ ਹੋਇਆ, 15 ਸਾਲ ਹੋ ਗਏ, ਕਿਤਨਾ ਕੰਮ ਹੋਰ ਰਹਿ ਗਿਆ। ਚਲੋ ਫਿਰ ਮਾਰਕੀਟ ਚੱਲ ਕੇ ਆਏਂਗੇ। ਲਓ ਜੀ ਹੁਣ ਸਾਡੀ ਖਾਣਾ ਖਾਣ ਦੀ ਤਿਆਰੀ ਹੈ, ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਤੰਦਰੁਸਤੀਆਂ ਦੇਵੇ, ਸਰਬੰਸ ਦਾ ਭਲਾ ਕਰੇ ਮੇਰਾ ਵਾਹਿਗੁਰੂ, ਠੀਕ ਹੈ ਜੀ। ਅੱਜ ਮੈਂ ਨਾ ਵੈਨ ਤੋਂ ਲਿਆਉਣ ਤੋਂ ਲੇਟ ਹੋ ਗਿਆ ਅਤੇ ਬੱਚੇ ਆ ਗਏ। ਸਤਿ ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ, ਠੀਕ ਹੋ? ਲਓ ਜੀ ਬੱਚੇ ਆ ਗਏ ਗੋਲ ਗੱਪੇ ਖਾਣ ਬਲਵੀਰ ਬਾਈ ਜੀ ਕੋਲੋਂ। ਆ ਹੋ ਗਿਆ, ਚਲੋ ਚੱਲੀਏ ਘਰ, ਠੀਕ ਹੈ। ਆ ਦੇਖੋ ਵੀਡੀਓ ਬਣਨੀ ਸਟਾਰਟ ਹੁੰਦੀ ਵੀ ਆਉਣ। ਹਾਂਜੀ ਮੰਮੀ ਨੂੰ ਬੁਖਾਰ ਹੋ ਗਿਆ, ਡਾਕਟਰ ਸਾਹਿਬ ਕੋਲ ਦਵਾਈ ਲਿਆ, ਅਤੇ ਇਹ ਸਾਡੇ ਫੈਮਿਲੀ ਡਾਕਟਰ ਨੇ। ਹੋਰ ਜੀ ਡਾਕਟਰ ਸਾਹਿਬ ਕੀ ਹਾਲ ਨੇ ਜੀ? ਵਧੀਆ ਚਾਹੀਦਾ ਬਾਈ ਜੀ, ਵਧੀਆ ਨੇ, ਬਹੁਤ ਪਿਆਰ ਨਾਲ ਬੋਲਦੇ ਨੇ, ਵਧੀਆ ਸਹੀ ਸੁਭਾਅ ਦੇ ਨੇ, ਠੀਕ ਹੈ। ਸੱਚੇ ਪਾਤਸ਼ਾਹ ਖੁਸ਼ੀਆਂ ਦੇਵੇ ਮੇਰਾ ਵੀਰ। ਮਾਰਕੀਟ ਆਏ ਥੇ ਘਰ ਕਾ ਰਾਸ਼ਨ ਲੈਣੇ, ਰਾਸ਼ਨ ਲੈ ਲਿਆ, ਔਰ ਉਸਕੇ ਬਾਅਦ ਘਰ ਜਾਏਂਗੇ। ਚਲ ਬਈ ਆਰਾਮ ਨਾਲ ਲਿਆ, ਆਰਾਮ ਸੇ ਆਰਾਮ ਸੇ ਆਰਾਮ ਸੇ। ਚਲੋ ਬਾਈ, ਹੋ ਗਿਆ ਸਮਾਨ ਪੂਰਾ? ਚਲੋ ਚਲ ਬੋਲ ਦੇ ਕੁਛ, ਕਹਿ ਦੇ ਸਮਾਨ ਲੈ ਲਿਆ ਮੇਰੇ ਵਾਸਤੇ, ਸੌਰੀ ਤੂੰ ਬਣਾਏਗੀ ਹੋਰ ਕੌਣ ਬਣਾਏਗਾ। ਹਾਂਜੀ ਅਸੀਂ ਆ ਗਏ ਜੀ ਫਰੂਟ ਲੈਣ, ਦੇਖੋ ਬਾਕੀ ਇਹ ਰਤੀਏ ਦੀ ਸਾਡੇ ਮਾਰਕੀਟ ਹੈ, ਕੱਲ੍ਹ ਨੂੰ ਤੁਹਾਨੂੰ ਹੋਰ ਮਾਰਕੀਟ ਦਿਖਾਵਾਂਗੇ, ਅਤੇ ਅੱਜ ਸਾਡਾ ਪਹਿਲਾ ਬਲੌਗ ਹੈ ਇਹ, ਕੋਈ ਨਹੀਂ ਕੱਲ੍ਹ ਨੂੰ ਤੁਹਾਨੂੰ ਮਾਰਕੀਟ 'ਚ ਲੈ ਕੇ ਚੱਲਾਂਗੇ, ਸਾਰਾ ਦਿਖਾਵਾਂਗੇ ਤੁਹਾਨੂੰ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਅੱਜ ਅਸੀਂ ਸਾਰਾ ਦਿਨ ਕੋਸ਼ਿਸ਼ ਕਰੀ ਵਲੌਗ ਬਣਾਇਆ ਅੱਜ, ਅਤੇ ਅਪਲੋਡ ਕਰਾਂਗੇ ਯੂਟਿਊਬ 'ਤੇ, ਛੇਤੀ ਆਊਗਾ, ਅਤੇ ਜੇ ਤੁਹਾਨੂੰ ਪਸੰਦ ਆਇਆ ਤਾਂ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ, ਅਤੇ ਤੁਹਾਡੀ ਸਪੋਰਟ ਦੀ ਲੋੜ ਹੈ, ਤੁਸੀਂ ਸਾਨੂੰ ਸਪੋਰਟ ਕਰਿਆ ਜੀ ਪੂਰੀ,
ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ, ਤੁਹਾਨੂੰ ਪਸੰਦ ਜ਼ਰੂਰ ਆਵੇਗਾ ਅਤੇ ਵਾਹਿਗੁਰੂ ਮਿਹਰ ਕਰਨ ਮੇਰਾ ਸੱਚੇ ਪਾਤਸ਼ਾਹ ਸਾਰਿਆਂ ਨੂੰ ਖੁਸ਼ੀਆਂ ਦੇਵੇ ਜੀ।